ਜਿਹੜੇ ਐਂਟੀ ਕਰਪਸ਼ਨ ਦੀ ਗੱਲ ਕਰਦੇ ਸੀ ਸਾਡੇ ਉੱਤੇ ਝੂਠੇ ਸਿੱਧੇ ਇਲਜ਼ਾਮ ਲਾਉਂਦੇ ਸੀਗੇ ਲੋਕਾਂ ਨੂੰ ਇੰਨੇ ਵੱਡੇ ਵੱਡੇ ਝੂਠੇ ਵਾਅਦੇ ਕੀਤੇ ਕਿ ਉਹ ਵਾਅਦਿਆਂ ਵਾਰ ਲਈ ਹੁਣ ਜਿਹੋ ਜਿਹੀ ਠੱਗੀਆਂ ਮਾਰਨ ਲੱਗ ਗਏ ਨੇ ਹੁਣ ਵਨ ਮੈਨ ਕਮਿਸ਼ਨ ਬਿਠਾਤਾ ਜਿਨ੍ਹਾਂ ਨੇ ਬਿਲਕੁਲ ਵਾਈਟ ਵਾਸ਼ ਕਰਕੇ ਕਲੀਨ ਚਿੱਟ ਦੇ ਦੇਣੀ ਹੈ ਕੈਪਟਨ ਸਾਹਿਬ ਦੀ ਪੁਰਾਣੀ ਆਦਤ ਹੈ।